ਹਾਂਜੀ ਪੰਜਾਬੀਓ ਕੀ ਹਾਲ ਚਾਲ ਵੈਲਕਮ ਬੈਕ ਟੂ ਅਨਦਰ ਵਲੌਗ ਟਰੈਕਟਰਾਂ ਤੋਂ ਉਤਰ ਕੇ ਹੋ ਗਏ ਹਾਂ ਕਾਰਾਂ 'ਚ ਅਤੇ ਅੱਜ ਕੁਛ ਸਮਾਨ ਪੱਤਾ ਇਕੱਠਾ ਕਰਨ ਚੱਲੇ ਹਾਂ ਰਿਲੇਟਡ ਟੂ ਟਰੈਕਟਰ ਮੋਡੀਫਿਕੇਸ਼ਨ ਹੀ ਅਤੇ ਫਾਰਮਿੰਗ ਵਲੌਗਸ ਦੇ ਨਾਲ ਨਾਲ ਮੋਡੀਫਿਕੇਸ਼ਨ ਵਲੌਗਸ ਵੀ ਆਇਆ ਕਰਨਗੇ ਸਪੋਰਟ ਕਰੋ ਸਭ ਕੁਛ ਆਊਗਾ ਅਤੇ ਹੁਣ ਵੀਰੇ ਹੁਣਾਂ ਕੋਲ ਚੱਲੇ ਸੀ ਨਾਲ ਲੈ ਕੇ ਚੱਲਦੇ ਹਾਂ ਲੁਧਿਆਣੇ ਕੁਛ ਕਰਦੇ ਹਾਂ ਸ਼ੋਪਿੰਗ ਮੋਡੀਫਿਕੇਸ਼ਨ ਦੇ ਰਿਲੇਟਡ ਇੰਤਜ਼ਾਰ ਦੀਆਂ ਘੜੀਆਂ ਹੁਣ ਮੁੱਕ ਚੁੱਕੀਆਂ ਜਿਹਦਾ ਤੁਹਾਨੂੰ ਇੰਤਜ਼ਾਰ ਸੀ ਉਹ ਹੁਣ ਤੁਹਾਨੂੰ ਦਿਖਾਉਣ ਜਾਣ ਡਏ ਇੱਕ ਮਿੰਟ ਸੀਟ ਅੱਗੇ ਕਰ ਲਈਏ ਅਤੇ ਲਓ ਜੀ ਚੱਕੋ ਕਰਤਾ ਉਹੀ ਕੰਮ ਜੀ ਤੋਂ ਮੈਂ ਡਰਦਾ ਸੀ ਅਤੇ ਆਪਾਂ ਬਲੂ ਪੰਕ ਦੇ ਓਵਰ ਲਿਆਂਦੇ ਚਾਰ ਅਤੇ 600 ਵਾਟ ਦੇ ਨੇ ਪੈਨਾਸੋਨਿਕ ਦਾ 2 ਐਂਪ ਲਿਆਂਦੇ ਆਪਾਂ 4 ਚੈਨਲ ਅਤੇ ਵਾਇਰਿੰਗ ਆਪਾਂ ਤੁਹਾਨੂੰ ਦਿਖਾ ਦਈਏ ਕਿਹੜੀ ਆ ਤਾਰਾਂ ਬਹੁਤ ਭਾਰੀਆਂ ਨੇ ਇੱਕ ਮਿੰਟ ਇੱਕ ਕਰਕੇ ਚੱਕਣਾ ਆ ਗਈ ਜੀ 4 ਗੇਜ ਦੀ ਅਤੇ ਆਹ ਵਾਇਰਿੰਗ ਆ ਗਈ 8 ਗੇਜ ਦੀ ਆਹ 2 ਵਾਇਰਾਂ ਨੇਗੀਆਂ ਲਿਆਂਦੀਆਂ ਨੇ ਅਤੇ ਦੇਖ ਲਓ ਤੁਸੀਂ ਇਹ ਆਪਣੀ ਜਿਹੜੀ 8 ਗੇਜ ਵਾਲੀ ਹੈ ਵੂਫਰ ਨੂੰ ਲੱਗੂਗੀ 4 ਗੇਜ ਵਾਲੀ ਆਪਣੀ ਸਪੀਕਰਾਂ ਨੂੰ ਲੱਗਣੀ ਹੈ ਅਤੇ ਜਿਹੜਾ ਆਪਣਾ ਇੱਕ ਮਿੰਟ ਜਿਹੜਾ ਆਪਣਾ ਡੀ ਸੀ ਹੈ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਾਰ ਆਡੀਓ ਉਹ ਵੀ ਬਲੂ ਪੰਕ ਦਾ ਹੀ ਹੈ ਅਤੇ ਯੈਸ ਦੈਟਸ ਇਟ ਅਤੇ ਅਲਪਾਈਨ ਦੀ ਬੇਸ ਲਿਆਂਦੀ ਹੈ ਆਪਾਂ ਕੀ ਹੋ ਗਿਆ ਸੀਟ ਦੀ ਮੈਂ ਪਿੱਛੇ ਦਿਖਾਉਂਦਾ ਸੀ ਸਭ ਨੂੰ ਵਲੌਗ 'ਚ ਮੇਰਾ ਤਾਂ ਜੀ ਕਰਦਾ ਇੱਧਰ ਨੂੰ ਚੱਕ ਕੇ ਸਬਰਾਂ ਦੇ ਹਾਂਜੀ ਬਾਬੇ ਉਹ ਸਾਰਾ ਸਮਾਨ ਆਪਣਾ ਜਿਹੜਾ ਖਰੀਦਿਆ ਉਹ ਹੁਣ ਆਪਾਂ ਚੱਲਦੇ ਹਾਂ ਜਿੱਥੇ ਅਸੈਂਬਲ ਕਰਾਉਣਾ ਵਾ ਆਪਾਂ ਉੱਥੇ ਛੱਡੇ ਆਉਂਦੇ ਹਾਂ ਸਮਾਨ ਅਤੇ ਉਦੋਂ ਪਹਿਲਾਂ ਮੈਂ ਉੱਥੇ ਜਾ ਕੇ ਤੁਹਾਨੂੰ ਸਾਰਾ ਦਿਖਾਊਂਗਾ ਸਿਸਟਮ ਕਿਹੜਾ ਵੂਫਰ ਆ ਕਿਹੜੇ ਸਪੀਕਰ ਕਿਹੜਾ ਐਂਪ ਐਂਪ ਦਾ ਇੱਥੋਂ ਤੁਹਾਨੂੰ ਪਤਾ ਲੱਗਦਾ ਪੈਨਾਸੋਨਿਕ ਵਾਲਿਆਂ ਦਾ